ਉਹ ਵਾਰਨਿੰਗ ਹੋਵੇ, ਚਾਹੇ ਉਹ ਛਿੰਦਾ ਛਿੰਦਾ ਹੋਵੇ, ਚਾਹੇ ਹੋਵੇ ਅਰਦਾਸ ਕਰ, ਤੇ ਚਾਹੇ ਹੋਵੇ ਸੈਕਟਰ 17, ਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਹਾਂ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮੀਡੀਆ ਮੇਰਾ ਹਮੇਸ਼ਾ ਹੀ ਸਾਥ ਦਿੰਦਾ, ਮੇਰੀ ਮਾੜੀ ਮੋਟੀ ਐਵੇਂ ਜਾਲੀ ਜਿਹੀ ਗੱਲ ਵੀ ਤੁਸੀਂ ਬਹੁਤ ਵਾਇਰਲ ਕਰਦੇ ਹੋ, ਸੋ ਥੈਂਕ ਯੂ ਬਹੁਤ ਬਹੁਤ। ਨਾਲ ਮੇਰੇ ਭੂਮਿਕਾ ਸੀ, ਫਿਲਮ ਤੁਸੀਂ ਦੇਖ ਲਈ, ਹਰਮਨ ਸੂਰ ਭਾਬੀ ਜੀ, ਅਦਿੱਤਿਆ ਬਾਈ ਇਹਨਾਂ ਨੇ ਪ੍ਰੋਡਿਊਸ ਕੀਤੀ ਆ। ਜਦੋਂ ਕੋਈ ਬੰਦਾ ਪ੍ਰੋਜੈਕਟ ਬਣਾਉਂਦਾ, ਕੋਈ ਡਾਇਰੈਕਟਰ, ਮਨੀਸ਼ ਭੱਟ ਜੀ ਨੇ ਡਾਇਰੈਕਟ ਕੀਤੀ ਹੈ, ਲਿਖੀ ਵੀ ਮੈਂ ਸੀ, ਹੈ ਨਾ। ਥੈਂਕ ਯੂ ਸੰਦੀਪ ਬਾਂਸਲ ਸਾਹਿਬ ਦਾ, ਜਿਨ੍ਹਾਂ ਨੇ ਸਾਰਾ ਸੈਟਅਪ ਦਾ ਸੰਭਾਲ ਰੱਖਿਆ। ਸੋ ਜਦੋਂ ਕੋਈ ਬਣਾਉਂਦਾ ਪ੍ਰੋਜੈਕਟ ਤਾਂ ਉਹ ਪੂਰਾ ਜਿੰਦ ਜਾਣ ਅਤੇ ਪੂਰਾ ਮਿਹਨਤ ਕਰਕੇ ਜ਼ੋਰ ਲਾ ਕੇ ਬਣਾਉਂਦਾ। ਰਿਜ਼ਲਟ ਦਰਸ਼ਕਾਂ ਨੇ ਕੱਢਣਾ ਹੁੰਦਾ, ਆਡੀਅੰਸ ਨੇ ਕੱਢਣਾ ਹੁੰਦਾ। ਅੱਜ ਸਾਡੀ ਫਿਲਮ ਰਿਲੀਜ਼ ਹੋ ਗਈ ਹੈ ਅਤੇ ਤੁਸੀਂ ਸਾਰਿਆਂ ਨੇ ਵੀ ਦੇਖੀ ਹੈ, ਆਪਦੇ ਆਪਦੇ ਵਿਊ ਪਾਇਓ, ਆਪਦੇ ਤੁਸੀਂ ਸੱਚੀ ਗੱਲ ਦੱਸਿਓ ਵੀ ਤੁਹਾਨੂੰ ਕਿਹੋ ਜਿਹੀ ਲੱਗੀ, ਔਰ ਆਡੀਅੰਸ ਵੀ ਦੇਖ ਕੇ ਆਈ ਹੋਊਗੀ, ਉਹ ਵੀ ਆਪਦੇ ਵਿਊ ਜਿਹੜੇ ਹੈਗੇ ਆ ਉਹ ਜ਼ਰੂਰ ਦੱਸਣ ਵੀ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਹੈ, ਹੈ ਨਾ। ਅਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ, ਸੈਕਟਰ 17 ਹੁਣ ਤੱਕ ਆਪਾਂ 15 ਨਵੰਬਰ 15 ਨਵੰਬਰ ਕਹਿ ਰਹੇ ਸੀ, ਹੁਣ 15 ਨਵੰਬਰ ਆ ਚੁੱਕੀ ਹੈ ਅਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਅਤੇ ਅਸੀਂ, ਮੈਂ ਦੇਖ ਚੁੱਕੀ, ਸਰ ਨੇ ਸ਼ਾਇਦ ਪਹਿਲਾਂ ਦੇਖੀ ਹੋਊਗੀ, ਮੈਂ ਅੱਜ ਦੇਖੀ, ਹੁਣ ਮੈਂ ਪੂਰੇ ਕੌਨਫੀਡੈਂਸ ਨਾਲ ਕਹਿ ਸਕਦੀ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਇੰਟਰਟੇਨ ਕਰੂਗੀ ਅਤੇ ਸਾਡੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਇਓ, ਤੁਸੀਂ ਜ਼ਰੂਰ ਦੇਖਿਓ ਸੈਕਟਰ 17। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਜਿੱਦਾਂ ਪੰਮਾ ਭਾਈ ਨੇ ਕਿਹਾ, ਪ੍ਰਗਟ ਨੇ ਕਿਹਾ ਵੀ ਤੁਸੀਂ ਆਪਣੇ ਆਪਣੇ ਰਿਵਿਊ ਜਿਹੜੇ ਵੀ ਹੈਗੇ ਤੁਹਾਨੂੰ ਲੱਗਦੇ ਹੈ ਉਹ ਤੁਸੀਂ ਦਿਓ, ਅਤੇ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਮੇਰੇ ਖਿਆਲ ਜੇ ਮੀਡੀਆ ਪੁੱਛਣਾ ਚਾਹੇ, ਬਿਲਕੁਲ ਬਿਲਕੁਲ ਮੀਡੀਆ ਕੋਲ ਗੱਲ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ, ਕਿਉਂਕਿ ਬਾਈ ਹੁਣ ਬਿਜ਼ੀ ਹੈ, ਹੁਣ ਬਾਈ ਨੇ ਲੱਭਣਾ ਵੀ। ਜਿਨ੍ਹਾਂ ਨੇ ਕੋਈ ਕੁਐਸਚਨ ਹੈਗਾ ਤਾਂ ਉਹ ਤੁਸੀਂ ਪੁੱਛ ਲਓ ਜੀ ਹੁਣ। ਹਾਂਜੀ ਹਾਂਜੀ, ਟ੍ਰੇਲਰ ਤੱਕ ਤਾਂ ਫਿਲਮ ਮੈਂ ਦੇਖੀ ਨਹੀਂ ਸੀਗੀ, ਹੈ ਜੇ ਟ੍ਰੇਲਰ ਲਾਂਚ ਹੋਇਆ, ਅਤੇ ਹੁਣ ਮੈਂ ਫਿਲਮ ਕੱਲ੍ਹ ਪਰਸੋਂ ਆਲਰੇਡੀ ਦੇਖੀ, ਅੱਜ ਵੀ ਆਪਾਂ ਦੇਖੀ ਹੈ, ਅਤੇ ਉਹ ਜਿਵੇਂ ਟ੍ਰੇਲਰ ਸੀਗਾ, ਹੈ ਨਾ, ਅਤੇ ਜਿਵੇਂ ਫਿਲਮ ਹੈਗੀ ਹੈ ਉਹ ਬੇਸਿਕਲੀ ਇੱਕ ਇੱਕ ਬਾਪ ਅਤੇ ਬੇਟੀ ਦੀ ਕਹਾਣੀ ਹੈ, ਸੈਕਟਰ 17 ਨੂੰ ਲਿਖੀ ਕਿ ਕਿੱਦਾਂ ਹੋਇਆ, ਕਿ ਬੇਸਿਕਲੀ ਚੰਡੀਗੜ੍ਹ ਸਾਰਾ ਜਿਵੇਂ ਬਣਿਆ, ਹੈ ਨਾ, ਆਪਾਂ ਦੇਖਦੇ ਹਾਂ ਕਿ 40 ਪਿੰਡ ਉਜੜੇ, ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਗੱਲ ਹੋਈ। ਮੇਰੇ ਖਿਆਲ ਹਾਲੇ ਇਹਦੇ ਵਿੱਚ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਹੋਰ ਕਹੀ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ, ਜੇ ਸ਼ਾਇਦ ਮਤਲਬ ਗੱਲਾਂ ਹੈਗੀਆਂ ਹੋਰ ਜਿਹੜੀਆਂ ਹੋਰ ਕਹੀਆਂ ਜਾ ਸਕਦੀਆਂ, ਪਰ ਸ਼ੁਰੂਆਤ ਵਾਸਤੇ ਮੇਰੇ ਕੋਲ ਬਾਈ ਨੇ ਜਿੱਦਾਂ ਇਹਨਾਂ ਨੇ ਬਣਾਇਆ ਕੋਨਸੈਪਟ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ। ਬਾਕੀ ਬਾਈ ਦੱਸੇਗੀ, ਠੀਕ ਆ। ਮੈਂ ਤਾਂ ਦੱਸਿਆ ਤੁਹਾਨੂੰ ਵੀ ਦਰਸ਼ਕਾਂ ਨੇ ਦੱਸਣਾ, ਤਾਂ ਰਿਜ਼ਲਟ ਉਹਨਾਂ ਨੇ ਕੱਢਣਾ ਵੀ ਕਿਹੋ ਜਿਹੀ ਬਣੀ ਹੈ, ਕਿਹੋ ਜਿਹੀ ਨਹੀਂ ਬਣੀ। ਜੇ ਤੁਹਾਨੂੰ ਠੀਕ ਲੱਗੀ ਤਾਂ ਜ਼ਰੂਰ ਦੇਖਣ ਜਾਓ, ਜੇ ਨਾ ਠੀਕ ਲੱਗੀ ਫਿਰ ਰਹਿਣ ਦਿਓ। ਵੀਰੇ ਅੱਜ ਇਹਦਾ ਪ੍ਰੀਮੀਅਰ ਸੀ, ਉੱਧਰ ਅਕਾਲ ਸ਼ੁਰੂ ਹੋਈ ਹੈ, ਇੱਧਰ ਅੱਜ ਇਹਦਾ ਪ੍ਰੀਮੀਅਰ ਰੱਖਿਆ ਸੀ, ਅੱਜ ਇਹ ਰਿਲੀਜ਼ ਹੋਈ ਹੈ ਅਤੇ ਉੱਧਰ ਅਕਾਲ ਸ਼ੁਰੂ ਹੋਈ ਹੈ, ਰੋਲ ਉਹਦੇ 'ਚ ਵੀ ਡੇਢਾ ਹੀ ਆ ਦੇਖਿਓ। ਮੈਂ ਮਤਲਬ ਬੇਸਿਕਲੀ ਤੁਹਾਡੇ ਕੱਪੜਿਆਂ ਬਾਰੇ ਜਾਣਨਾ ਚਾਹੁੰਦਾ, ਇਹ ਜਿਹੜਾ ਮਤਲਬ ਸਪੈਸ਼ਲ ਤਿਆਰ ਕਰਾਇਆ ਲੱਗਦਾ ਹੈ।
ਚੀਮੇ ਵਰਗੇ ਆ ਯਾਰ ਸਟਾਈਲਿਸ਼ ਆ ਅੱਛਾ ਨਾਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਆ ਸਰ ਦੀ ਬਹੁਤ ਸਾਰੀ ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦੀ ਆ ਕਲੈਕਸ਼ਨ ਚ ਯੈਸ ਆ ਕੱਪੜੇ ਦਾ ਕੰਮ ਰਿਹਾ ਵੀਰੇ ਜੇ ਮੈਂ ਹੀ ਨਾ ਕੱਪੜੇ ਪਾਉਂ ਫਿਰ ਕੌਣ ਪਾਊਗਾ ਬਾਕੀ ਗੁਰਪੁਰਬ ਦੇ ਦਿਨ ਅੱਜ ਫਿਲਮ ਰਿਲੀਜ਼ ਹੋਈ ਹੈ ਬਿਲਕੁਲ ਜੀ ਥੈਂਕ ਯੂ ਸਾਰਿਆਂ ਦਾ ਬਾਬੇ ਜੀ ਨੇ ਦੇ ਦਿਨ ਫਿਲਮ ਰਿਲੀਜ਼ ਹੋਈ ਦਰਸ਼ਕਾਂ ਨੂੰ ਕਹਿੰਦੇ ਵੀ ਤੁਸੀਂ ਜ਼ਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਹੈ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜ਼ਰੂਰ ਆਓ ਵੀ ਕੁਛ ਤੁਹਾਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਆ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇਠ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਅਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਅਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ 'ਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਇੰਟਰਟੇਨਮੈਂਟ ਹੈ ਫਿਕਸ਼ਨ ਤਾਂ ਕਿ ਇੰਟਰਟੇਨਮੈਂਟ ਦੇ ਰਾਹੀਂ ਤੁਹਾਨੂੰ ਕੋਈ ਨਾ ਕੋਈ ਸੁਨੇਹਾ ਵੀ ਦਿੱਤਾ ਜਾਵੇ ਤੁਸੀਂ ਡਾਇਲੋਗਸ ਰਾਹੀਂ ਵੀ ਸੁਨੇਹਾ ਲਉਂਗੇ ਤੁਹਾਨੂੰ ਡਾਇਲੋਗਸ ਰਾਹੀਂ ਵੀ ਕੁਛ ਲੱਗੂਗਾ ਵੀ ਹਾਂ ਠੀਕ ਹੈ ਗੱਲ ਤੁਸੀਂ ਦੇਖਣੀ ਜ਼ਰੂਰ ਆ ਦੇਖਣ ਤੋਂ ਬਾਅਦ ਨਾ ਠੀਕ ਲੱਗੀ ਫਿਰ ਤਾਪੇਦਾਰ ਹਾਂ ਦੇਖੋ ਜੇ ਅਸੀਂ 1952 ਤੋਂ ਲੈ ਕੇ 1982 ਤੱਕ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਚੀਜ਼ਾਂ ਵੀ ਉਹੀ ਦਿਖਾਉਣੀਆਂ ਪੈਣੀਆਂ ਹੁਣ ਮੈਂ ਇਹਦੇ 'ਚ ਵੀਡੀਓ ਗੇਮ ਤਾਂ ਦਿਖਾ ਨਹੀਂ ਸਕਦਾ ਜੀ ਨਾ ਹੀ ਮੈਂ ਕੋਈ ਹੋਰ ਗੱਲ ਕਰ ਸਕਦਾ ਸੀ ਉਹ ਚੀਜ਼ਾਂ ਜਿਹੜੀਆਂ ਉਹ ਦਿੰਦੀਆਂ ਸੀ ਬਸ ਸਾਡੇ ਕੋਲ ਨਵਾਂ ਕੀ ਹੁੰਦਾ ਵੀ ਵਿਲਨ ਗੁੱਲੀ ਡੰਡਾ ਖੇਡਦਾ ਉਹ ਤਾਂ ਆਪਦਾ ਆਰੀ ਵਾਲਾ ਤੁਸੀਂ ਦੇਖਿਆ ਹੋਊਗਾ ਉਹ ਹਮੇਸ਼ਾ ਹੀ ਆਪਣੇ ਹੁੰਦਾ ਸੀ ਆਰੀ ਦਾ ਮੁੱਠਾ ਚੱਕ ਕੇ ਪਿਸਤੌਲ ਬਣਾ ਲੈਂਦੇ ਸੀ ਸੋ ਉਸ ਕਿਸਮ ਦੀਆਂ ਗੱਲਾਂ ਪਤਾ ਤੁਹਾਨੂੰ ਦੇਖ ਕੇ ਹੀ ਲੱਗਣਾ ਵੀ ਕਿੱਦਾਂ ਦਾ ਮਾਹੌਲ ਬਣਿਆ ਬਾਈ ਆਓ ਤੁਸੀਂ ਅੱਗੇ ਸੋ ਜਿਵੇਂ ਬਾਈ ਜੀ ਕਹਿ ਰਹੇ ਨੇ ਹਾਓ ਹਾਓ ਪਤਾ ਦੇਖ ਕੇ ਹੀ ਲੱਗੂਗਾ ਤੁਹਾਨੂੰ ਵਾਕਈ ਸੈਕਟਰ 17 ਜੋ ਫਿਲਮ ਹੈ ਮੈਂ ਪਹਿਲਾਂ ਵੀ ਹੁਣੀ ਕਹਿ ਕੇ ਹਟਿਆ ਵੀ ਇੱਕ ਡਾਇਰੈਕਟਰ ਇੱਕ ਪ੍ਰੋਡਿਊਸਰ ਅਤੇ ਹਰ ਇੱਕ ਐਕਟਰ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਪਿਛਲੇ ਪ੍ਰੋਜੈਕਟ ਤੋਂ ਅਗਲੇ ਪ੍ਰੋਜੈਕਟ ਇਦੋਂ ਵੱਡਾ ਕਰਾਂ ਸੋ ਬਾਈ ਦੇ ਕਰੀਅਰ ਦੇ ਵਿੱਚ ਵਾਰਨਿੰਗ ਜਿੱਥੇ ਬਾਈ ਨੂੰ ਲੈ ਕੇ ਗਈ ਫਿਰ ਅਰਦਾਸ ਆਉਂਦੀ ਇੱਕ ਡਿਫਰੈਂਟ ਸੈਕਟਰ 17 ਮਤਲਬ ਬਾਈ ਵਾਸਤੇ ਸਾਡੀ ਸਾਰੀ ਟੀਮ ਵਾਸਤੇ ਭੂਮਿਕਾ ਲਈ ਅਦਿੱਤੇ ਭਾਅ ਜੀ ਲਈ ਇਹ ਮਤਲਬ ਇੱਕ ਅਲੱਗ ਲੈਵਲ ਦਾ ਸਿਨੇਮਾ ਹੈਗਾ ਜਿੱਥੇ ਤੱਕ ਆਪਾਂ ਆਲਰੇਡੀ ਬਹੁਤ ਪ੍ਰੋਡਿਊਸਰ ਡਾਇਰੈਕਟਰ ਵਧੀਆ ਕੰਮ ਕਰ ਰਹੇ ਨੇਗੇ ਸੋ ਇਹ ਜੇ ਆਪਾਂ ਸਿਨੇਮੇ ਦੇ ਹਿਸਾਬ ਨਾਲ ਦੇਖੀਏ ਜਾਂ ਸਕ੍ਰਿਪਟ ਅਤੇ ਸਾਡੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਅਸੀਂ ਸਾਰਿਆਂ ਦੇ ਲਈ ਮਤਲਬ ਇਹ ਇੱਕ ਅਲੱਗ ਲੈਵਲ 'ਤੇ ਲੈ ਕੇ ਜਾਣ ਵਾਲੀ ਫਿਲਮ ਹੈ ਸੋ ਮੈਂ ਰਿਕੁਐਸਟ ਇਹੀ ਕਰੂੰਗਾ ਵੀ ਜਿਵੇਂ ਬਾਈ ਨੇ ਕਿਹਾ ਵੀ ਇੱਕ ਵਾਰੀ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਜੇ ਨਹੀਂ ਵਧੀਆ ਲੱਗਦੀ ਵੱਖਰੀ ਗੱਲ ਹੈ ਬਟ ਕੁਛ ਜੋ ਚੱਲ ਰਿਹਾ ਜਾਂ ਚੱਲਦਾ ਸੀ ਜਾਂ ਉਵੇਂ ਕਰਕੇ ਕੁਛ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਨੀਸ਼ ਭੱਟ ਨੇ ਆਪਣੇ ਭਾਅ ਜੀ ਨੇ ਡਾਇਰੈਕਟ ਕੀਤੀ ਹੈ ਨੀਰਜ ਨੇ ਕੈਮਰਾ ਕੀਤਾ ਲਿਖੀ ਮੈਂ ਸੀ ਉਹਦੇ 'ਚ ਕੁਛ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਜੋ ਚੱਲ ਰਿਹਾ ਰੂਲ ਤੋੜੇ ਹਾਂ ਵੀ ਕੁਛ ਉਹਨੂੰ ਤੋੜਿਆ ਜਾਵੇ ਅਤੇ ਅਗਰ ਤੁਹਾਨੂੰ ਇਹ ਸਿਨੇਮਾ ਪਸੰਦ ਆਉਂਦਾ ਤਾਂ ਫਿਰ ਇਸ ਕਿਸਮ ਦੀਆਂ ਹੋਰ ਫਿਲਮਾਂ ਬਣਾਵਾਂਗੇ ਜਿਵੇਂ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗੀ ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ ਉਹ ਤੋਂ ਜਮਾਂ ਅਲੱਗ ਹੈ ਪਰ ਇਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਉਹਦਾ ਪ੍ਰੈਜੈਂਟੇਸ਼ਨ ਬੋਲਣ ਦਾ ਤਰੀਕਾ ਜਾਂ ਉਹਦੇ ਗੱਲ ਕਰਨ ਦਾ ਤਰੀਕਾ ਉਹ ਤੁਹਾਨੂੰ ਥੋੜ੍ਹਾ ਜਿਹਾ ਊਂ ਲੱਗਦਾ ਸੀਗਾ ਟ੍ਰੇਲਰ ਜਿਹਨਾਂ ਨੂੰ ਲੱਗਦਾ ਸੀਗਾ
ਉਹ ਤੁਹਾਨੂੰ ਦੇਖਣ ਤੋਂ ਬਾਅਦ ਹੀ ਪਤੂਗਾ, ਪਤਾ ਲੱਗੂਗਾ ਵੀ ਨਹੀਂ ਇਹ ਪੰਮਾ ਨਹੀਂ ਹੈਗਾ, ਇਹ ਪ੍ਰਗਟ ਹੈ। ਬਾਈਕ ਬਹੁਤ ਘੈਂਟ ਐਕਟਰ ਹੈ, ਮੈਨੂੰ ਸ਼ੁਰੂ ਤੋਂ ਹੀ ਬਹੁਤ ਘੈਂਟ ਲੱਗਦਾ ਬਾਈ, ਬਾਈ ਬਹੁਤ ਘੈਂਟ ਐਕਟਰ ਹੈ, ਬਹੁਤ ਵਧੀਆ ਕੰਮ ਕੀਤਾ, ਤੁਸੀਂ ਦੇਖਿਆ ਹੀ ਹੈ ਸਾਰਿਆਂ ਨੇ ਵੀ ਕਿੱਦਾਂ ਦਾ ਉਹ ਮਾਹੌਲ ਬਣਿਆ। ਠੀਕ ਹੈ ਜੀ, ਥੈਂਕ ਯੂ। ਫਿਲਮ ਸਾਡੀ ਰਿਲੀਜ਼ ਹੋ ਚੁੱਕੀ ਹੈ ਜੀ, ਤੁਸੀਂ ਭਾਬੀ ਜੀ ਕਰੋ। ਪਰ ਆਪਣਾ ਪ੍ਰਿਜ਼ਮਰੇ ਇੱਕ ਵੈਸੇ ਟੋਪਿਕ ਵੀ ਦਿੱਤਾ ਇਸ ਫਿਲਮ ਦੇ ਰਾਹੀਂ, ਚਲੋ ਓਨੀ ਡਿਟੇਲ 'ਚ ਨਹੀਂ ਹੈ, ਪਰ ਹਾਂ ਹੁਣ ਜਿਵੇਂ ਮੀਡੀਆ ਇਸ ਬਾਰੇ ਗੱਲਬਾਤ ਤਾਂ ਕਰੇਗਾ ਕਿ ਚੰਡੀਗੜ੍ਹ ਬਣਿਆ ਕਿੱਦਾਂ ਤਾਂ ਕੀ ਹੋਇਆ ਫੈਮਿਲੀ ਦਾ, ਇੱਕ ਜ਼ਰੂਰੀ ਨਹੀਂ ਹੈ ਵੀ ਆਪਾਂ ਸਾਰਾ ਕੁਝ ਹੀ ਫਿਲਮ 'ਚ ਦਿਖਾਈਏ, ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਉੱਦਾਂ ਕਰਕੇ ਹੁੰਦੀਆਂ, ਜ਼ਰੂਰੀ ਨਹੀਂ ਵੀ ਆਪਾਂ ਸਾਰਾ ਹੀ ਉਵੇਂ ਖਿਲਾਰ ਕੇ ਬਹਿ ਜਾਣਾ। ਹਾਂਜੀ, ਕਿਉਂਕਿ ਇੰਟਰਟੇਨਮੈਂਟ ਦਾ ਮਾਹੌਲ ਹੈ, ਜਿਹਦੇ 'ਚ ਟ੍ਰੇਲਰ ਦਾ ਜੇ ਇਮੋਸ਼ਨ ਲੁਕੋਇਆ ਗਿਆ, ਟ੍ਰੇਲਰ ਜੇ ਟ੍ਰੇਲਰ 'ਚ ਇਮੋਸ਼ਨ ਹੁੰਦਾ ਤਾਂ ਪਹਿਲਾਂ ਇੰਨੀਆਂ ਫਿਲਮਾਂ ਇਮੋਸ਼ਨ ਵਾਲੀਆਂ ਹੈ, ਟ੍ਰੇਲਰ ਜੇ ਇੰਨਾ ਵਾਇਰਲ ਹੋਇਆ, ਇੰਨੀ ਗੱਲ ਹੋਈ ਆ, ਤਾਂ ਉਹ ਇਹੀ ਗੱਲ ਸੀਗੀ ਵੀ ਉਹ ਇੱਕ ਮਜ਼ੇਦਾਰ ਬਣਾਇਆ ਜਾਵੇ ਵੀ ਆਈ ਲਵ ਮੋਰਨਿੰਗ ਵਾਕ, ਉੱਦਾਂ ਦੀਆਂ ਗੱਲਾਂ ਕੀਤੀਆਂ ਜਾਣ, ਅਤੇ ਇਮੋਸ਼ਨ ਹੈ ਫਿਲਮ ਦੇ ਵਿੱਚ, ਰੋਮਾਂਸ ਹੈ ਫਿਲਮ ਦੇ ਵਿੱਚ, ਔਰ ਇਕੱਲਾ ਮੇਰੇ ਵਾਲੇ ਕਰੈਕਟਰ ਦਾ ਨਹੀਂ, ਸਾਰੇ ਕਰੈਕਟਰ ਹੀ ਹੈ। ਤੁਸੀਂ ਇਹਦੇ 'ਚ ਵਿਰਾਟ ਕਪੂਰ ਭਾਜੀ ਨੇ ਕੰਮ ਕੀਤਾ, ਮੰਨਾ ਸਿੰਘ ਨੇ ਕੰਮ ਕੀਤਾ, ਦਿਲਾਵਰ ਸਿੱਧੂ ਬਾਈ ਦਾ ਮੈਨੂੰ ਤੁਸੀਂ ਸਾਰਿਆਂ ਨੇ ਦੇਖੀ ਆ, ਦਿਲਾਵਰ ਸਿੱਧੂ ਬਾਈ ਬਾਰੇ ਗੱਲ ਕਰੋ, ਬਹੁਤ ਕਮਾਲ, ਤੁਸੀਂ ਕਦੇ ਐਂ ਕਰੈਕਟਰ ਦੇਖਿਆ ਉਹਨਾਂ ਦਾ? ਬਹੁਤ ਕਮਾਲ ਦਾ ਕੰਮ, ਇਹ ਸਾਰੇ ਜਾਣੇ ਨਾ ਕੈਮਰਾ ਐਂ ਲਾ ਕੇ ਖੜੇ ਆ, ਕੋਈ ਗੱਲ ਕਿਸੇ ਦਾ ਕੋਈ ਧਿਆਨ ਨਹੀਂ। ਦਿਲਾਵਰ ਸਿੱਧੂ ਬਾਈ ਬਾਰੇ ਜਾਣਦੇ ਆ? ਆਡਾ ਨਾ ਬਸ, ਬਿਲਕੁਲ ਬਿਲਕੁਲ ਬਿਲਕੁਲ, ਇਹੀ ਜ਼ਰੂਰੀ ਹੈ, ਉਹ ਸਾਰਾ ਕਰੈਕਟਰਾਂ ਦਾ ਕੁਛ ਨਾ ਕੁਛ, ਹਰ ਕਰੈਕਟਰ ਦਾ ਕੁਛ ਅਲੱਗ ਕੀਤਾ ਹੋਵੇ। ਜਿਹੜੇ ਉਹਦੇ ਚਾਂਬ ਨਹੀਂ ਬਣਾਏ ਹੋਏ ਕੋਟ ਦੇ ਪਿੱਛੇ, ਉਹ ਦਿਲਾਵਰ ਸਿੱਧੂ ਬਾਈ ਨੇ ਬਣਾਏ, ਉਹ ਬਹੁਤ ਕਮਾਲ ਪੇਂਟਰ ਆ ਬੰਦਾ। ਹਾਂਜੀ, ਕੀ ਕਹਿੰਦੇ? ਦੇਖੋ ਜੇ ਟ੍ਰੇਲਰ 'ਚ ਦਿਖਾਤੀ ਫਿਰ ਤੁਸੀਂ ਕਹੋਗੇ ਵੀ ਸਾਰੀ ਫਿਲਮ ਦਿਖਾਤੀ। ਲੋਕੀ ਫਿਲਮ ਤੁਰੀ ਦੇਖੇਗੇ ਜੇ ਕੱਲ੍ਹ ਮੇਰੇ ਭਰਾ ਤੁਸੀਂ ਇਹ ਮੈਸੇਜ ਪਹੁੰਚਾ ਦਿਓ ਕਿ ਐਕਚੁਅਲੀ ਸੈਕਟਰ 17 'ਚ ਚਾਹੇ ਛੋਟੀ ਗੱਲ ਹੋਈ ਹੈ ਪਰ ਗੱਲ ਕਿਸ ਬਾਰੇ, ਅਗਰ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਕਿ ਇਮੋਸ਼ਨਸ ਦੀ ਗੱਲ ਪਹੁੰਚਦੀ ਹੈ, ਟ੍ਰੇਲਰ ਤੋਂ ਸ਼ਾਇਦ ਇਹ ਲੱਗਦਾ ਕਿ ਵੀ ਇਹ ਫਿਲਮ ਥੋੜ੍ਹੀ ਜਿਹੀ ਫਾਈਟ ਵਾਲੀ ਜਾਂ ਉਸ ਤਰ੍ਹਾਂ, ਪਰ ਅਗਰ ਇੱਕ ਬਾਪ ਅਤੇ ਬੇਟੇ ਦੀ ਗੱਲ ਹੁੰਦੀ ਹੈ, ਸੈਕਟਰ 17 ਦੀ ਗੱਲ ਹੁੰਦੀ ਹੈ, ਉਹ ਫੈਮਿਲੀਜ਼ ਦੀ ਗੱਲ ਹੁੰਦੀ ਹੈ, ਅਗਰ ਤੁਸੀਂ ਇਸ ਤਰੀਕੇ ਨੂੰ ਦੱਸ ਸਕਦੇ ਹੋ ਤਾਂ ਉਹ ਵੀ ਸਾਡੇ ਵਾਸਤੇ, ਮਤਲਬ ਜੇ ਅਸੀਂ ਸੋਚਾਂਗੇ ਅਸੀਂ ਕਾਮਯਾਬ ਦੇਖਣ ਜਾਣਗੇ, ਜਿਹੜੇ ਬੰਦੇ ਆਪਾਂ ਨੂੰ ਚਾਹੁੰਦੇ ਆ ਉਹ ਜਾਣਗੇ, ਜੇ ਆਪਣੀ ਫਿਲਮ ਮਾੜੀ ਹੋਈ ਫਿਰ ਉਹਨਾਂ ਨੇ ਨਹੀਂ ਜਾਣਾ ਦੇਖਣ। ਸੋ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਇੱਥੇ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮੱਚ, ਥੈਂਕ ਯੂ, ਠੀਕ ਹੈ, ਓਕੇ ਓਕੇ ਜੀ, ਓਕੇ।